ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੱਡਾ ਕੋਟ ਤੋਂ ਹੀ ਤਾਂ ਲਾਈਵ ਹੋ ਰਹੇ ਹਾਂ ਜੀ। ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ, ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਆ, ਹੋਰ ਗੁਰੂ ਕੇ ਲੰਗਰ ਵੀ ਸਵੇਰ ਦੇ ਚੱਲ ਰਹੇ ਆ। ਸੰਗਤਾਂ ਬੜੇ ਪ੍ਰੇਮ ਪਿਆਰ ਦੇ ਨਾਲ ਲੰਗਰ ਛਕ ਰਹੀਆਂ ਜੀ। ਨੌਜਵਾਨ ਸੇਵਾਦਾਰ ਰਾਹੀਆਂ ਨੂੰ ਰੋਕ ਰੋਕ ਕੇ ਜਲ ਦੀ ਸੇਵਾ ਕਰ ਰਹੇ ਆ। ਸੋ ਮੈਂ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੀ, ਤਰੱਕੀਆਂ ਬਖਸ਼ੀ, ਕਿ ਅੱਗੇ ਤੋਂ ਵੀ ਇਹ ਇਸ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ ਜੀ। ਅਤੇ ਗੁਰੂ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਆਹ ਸਾਰੀਆਂ ਸੰਗਤਾਂ ਤੁਹਾਨੂੰ ਮੈਂ ਦਿਖਾ ਦੇਣੀਆਂ ਹੁਣ ਜੀ, ਸਵੇਰ ਤੋਂ ਸੇਵਾ ਕਰਦੀਆਂ। ਇਹ ਪਾਣੀ ਵੀ ਦੇਖੋ ਕਿੰਨਾ ਵਧੀਆ ਵਾ ਇਹਨਾਂ ਦਾ। ਛੋਟੇ ਛੋਟੇ ਬੱਚੇ ਗਰਮੀ ਦੇ ਵਿੱਚ ਜੁਟੇ ਪਏ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।